हाँ जी चौ साहब, असी लिबिया की डेंगी ला ली जे ए समुंदर के लत्त वाह के आज सुबह 6 बजे साड़ी गेम निकली साजे ते पूरे 10:30 बजे असी इतने पहुँच गए जी। हैलीकॉप्टर हूँ साढ़े उत्ते पहुँच आया, वो दूर पे फिरता तो कैमरे च नज़र नहीं आना। तो शकील साहब ने गुजरात तो ये तुहाडे ड्राइविंग कर रहे ने, ये तुहाडी जिहड़ी गेम वो लैके जा रहे ने तोड़ बंदिया नू। भाई शकील अगे वीडियो नहीं सी बनी, ड्राइवरी सही कर रहे हो? अच्छा जी, मैं चलो इंशाअल्लाह तआला अल्लाह पाक दी ज़ात दा शुक्र है, हैर हरियत नाल पहुँच आए हैं। हैलीकॉप्टर सज्जे पासे पे फिरदा है, जिहड़ा बेड़ा वे ओह दो बेड़े ने साडे खब्बे पासे, ठीक जी। ऐ समुंदर दे सूरज पै रहा है। मिस्टर सदाम पिछे बैठा, सलाम दुआ लीला है भाई। अस्सलाम वालेकुम जी, बोलो क्या हाल है आपका? जी वसीम पासे मली वाले राइया पहुंच आए, आगे बस टेंशन नहीं। ਵਿੱਚ ਫੈਮਿਲੀ ਆ ਵੀ ਬੈਠੀਆਂ ਨੇ, ਕੋਈ ਨਾ 4-5 ਬੀਬੀਆਂ ਤੇ ਉਹ ਬੀਬੀਆਂ ਨੇ ਲੜਕੀਆਂ ਨੇ, ਉਹਨਾਂ ਲਈ ਕੈਮਰਾ ਨਹੀਂ ਮਾਰਨਾ ਚਾਹੁੰਦੇ ਨਾ ਹੀ ਅਸਾਂ ਮਾਰਨਾ, ਬੰਦਾ ਅੱਛਾ ਨਹੀਂ ਲੱਗਦਾ। ਬਾਕੀ ਚੌਧਰੀ ਆ ਸਮੁੰਦਰ ਦੇ ਲਾਤੋਂ ਵਾ ਕੇ ਆਦਨੀ ਅੱਲਾ ਪਾਕ ਦੀ ਜ਼ਾਤ ਹੈ। ਇੱਕ ਭਾਈ ਹਰੀ ਨੇ ਆਪਣੇ ਆ ਦੋਸਤ ਸੇ ਆਉਂਦੇ ਨੇ ਵੀ ਮੈਂ ਵੀ ਹਾਕਮ ਨਾਲ ਸਲਾਮ ਦੁਆ ਲੈਣੀ ਪਹੁੰਚ ਆਏ। ਸਾਢੇ ਚਾਰ ਘੰਟੇ ਜੀ, ਸਾਢੇ ਚਾਰ ਘੰਟੇ ਫਿਰ ਅਲਹਮਦੁਲਿਲਾ ਮਿਹਰਬਾਨੀ ਜੀ ਭਾਈ। ਉਹ ਕਹਿੰਦਾ ਥੱਲੇ ਪੜਨ ਓਕੇ ਫਿਰ ਚੌਧਰੀ, ਹੋਰ ਕੋਈ ਵੀਡੀਓ ਸ਼ੀਡੀਓ ਬਣਾਉਂਦੇ ਹਾਂ ਵੀ ਤੈਨੂੰ ਸੈਂਡ ਕਰਾਂ, ਅਤੇ ਬਾਕੀ ਆ ਸਮੁੰਦਰ ਦੇ ਲਾਤੋਂ ਵਾ ਕਿਆ ਤਵੇ ਹੈ। ਮੈਂ ਤਾਂ ਆਪਣਾ 3-4 ਦਿਨ ਹੋ ਗਏ ਨੇ ਮੂੰਹ ਵੀ ਨਹੀਂ ਧੋਤੇ ਯਾਰ, ਅਸੀਂ ਖਿੱਚਿਓ ਯਾਰ ਪਿੱਛੋਂ। ਚੱਲ ਮੈਂ ਵੀ ਆਪਣੇ ਵਾਲ ਕੈਮਰਾ ਮਾਰ ਲੈਂਦਾ ਵੇ ਹਮਾਦੇ ਉੱਤੇ। ਬਹੁਤ ਦੁੱਖ ਰਿਹਾ, ਅੱਗੇ ਜਦੋਂ ਵੀ ਤੇਰੇ ਬੰਦੇ ਗੇਮ ਦੇ ਵਿੱਚ ਪੈਂਦੇ ਸਨ ਇਹਨਾਂ ਸਾਰਿਆਂ ਨੂੰ ਮੈਂ ਬਹਾਂਦਾ ਹੁੰਦਾ ਹਾਂ ਕਿਸ਼ਤੀ ਵਿੱਚ, ਅਤੇ ਅੱਜ ਪਹਿਲੇ ਦਿਨ ਮੈਂ ਸਭ ਤੋਂ ਪਹਿਲਾਂ ਬਹਿ ਗਿਆ ਅਤੇ ਹਮਾਦ ਜਾਣ ਕੇ ਨਹੀਂ ਉਹ ਆਇਆ। ਮੌਸਮ ਥੋੜ੍ਹਾ ਜਿਹਾ ਰੱਸੀ ਖਿੱਚੋ ਯਾਰ।